ਪੁਸਤਕ ਮਾਨਸਿਕ ਅਤੇ ਸਰੀਰਕ ਖਿਚਾਓ ਕਾਰਨ ਅਤੇ ਉਪਾਅ। ਵਿਸ਼ਾ ਹੈ ਤੇ ਤਨ ਮਨ ਉੱਤੇ ਅਸਰ ਪਾਉਂਦਾ ਐਂਡ ਦ ਬੋਡੀ ਇਨਫਲੂਐਂਸਿਸ ਦ ਮਾਈਂਡ। ਵੱਖ ਵੱਖ ਮਰੀਜ਼ਾਂ ਦੇ ਹਵਾਲਿਆਂ ਨਾਲ ਅਸੀਂ ਸਿੱਧ ਕਰ ਆਏ ਹਾਂ ਕਿ ਸਾਡਾ ਮਨ ਸਾਡੇ ਤਨ ਉੱਤੇ ਬਹੁਤ ਪ੍ਰਭਾਵ ਪਾਉਂਦਾ ਹੈ। ਹੁਣ ਅਸੀਂ ਇੱਥੇ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡਾ ਤਨ ਵੀ ਸਾਡੇ ਮਨ ਉੱਤੇ ਅਸਰ ਪਾਉਂਦਾ ਹੈ, ਭਾਵ ਤਨ ਰਾਹੀਂ ਮਨ 'ਤੇ ਪ੍ਰਭਾਵ ਪਾਇਆ ਜਾ ਸਕਦਾ। ਤਨ ਮਨ ਉੱਤੇ ਅਸਰ ਪਾਉਂਦਾ, ਇਹ ਕੋਈ ਨਵੀਂ ਗੱਲ ਨਹੀਂ। ਪੁਰਾਤਨ ਸਮੇਂ 'ਚ ਸਾਡੇ ਰਿਸ਼ੀ ਮੁਨੀ ਅਤੇ ਯੋਗੀ ਆਪਣੇ ਤਨ ਰਾਹੀਂ ਆਪਣੇ ਮਨ ਉੱਤੇ ਪ੍ਰਭਾਵ ਪਾਇਆ ਕਰਦੇ ਸਨ। ਯੋਗ ਮਾਰਗ ਯੋਗਿਜ਼ਮ ਦਾ ਬੁਨਿਆਦ ਹੀ ਇਸ ਗੱਲ 'ਤੇ ਹੈ ਕਿ ਤਨ ਰਾਹੀਂ ਮਨ ਉੱਤੇ ਅਤੇ ਮਨ ਰਾਹੀਂ ਤਨ ਉੱਤੇ ਅਸਰ ਪਾਇਆ ਜਾ ਸਕਦਾ। ਇਸ ਤੋਂ ਇਲਾਵਾ ਸਾਡੇ ਚੌਗਿਰਦੇ ਦਾ ਵਾਤਾਵਰਨ, ਸਾਡੇ ਆਂਢੀ ਗੁਆਂਢੀ, ਸਾਡੇ ਰਿਸ਼ਤੇਦਾਰ ਅਤੇ ਮਿੱਤਰ ਸਭ ਸਾਡੇ ਮਨ 'ਤੇ ਪ੍ਰਭਾਵ ਪਾਉਂਦੇ ਹਨ। ਚੰਗਾ ਮੌਸਮ, ਚੰਗਾ ਭੋਜਨ, ਚੰਗੇ ਅਤੇ ਸੋਹਣੇ ਕੱਪੜੇ ਵੀ ਸਾਡੇ ਮਨ ਉੱਤੇ ਆਪਣਾ ਅਸਰ ਕਰਦੇ ਹਨ। ਤੁਸੀਂ ਜਾਣਦੇ ਹੋ ਕਿ ਜਦੋਂ ਔਰਤਾਂ ਹਾਰ ਸ਼ਿੰਗਾਰ ਲਾ ਲੈਣ ਜਾਂ ਸੋਹਣੇ ਕੱਪੜੇ ਪਾ ਲੈਣ ਤਾਂ ਵਧੇਰੇ ਖੁਸ਼ ਅਤੇ ਪ੍ਰਸੰਨ ਦਿਖਾਈ ਦਿੰਦੀਆਂ, ਅਤੇ ਜਨਾਨੀਆਂ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੀਆਂ ਕਿ ਜਦੋਂ ਆਦਮੀ ਦਾ ਢਿੱਡ ਸੋਹਣੇ ਅਤੇ ਸੁਆਦਲੇ ਭੋਜਨ ਨਾਲ ਭਰਿਆ ਹੋਵੇ ਤਾਂ ਉਹ ਬੜਾ ਹਸਮੁੱਖ, ਮਿਲਾਪੜਾ ਅਤੇ ਪਿਆਰ ਭਰਿਆ ਹੁੰਦਾ, ਪਰ ਜਦੋਂ ਢਿੱਡੋਂ ਭੁੱਖਾ ਹੋਵੇ ਤਾਂ ਐਵੇਂ ਲੜਦਾ ਝਗੜਦਾ ਅਤੇ ਹਰ ਇੱਕ ਨੂੰ ਖਾਣ ਨੂੰ ਪੈਂਦਾ। ਇਹਦਾ ਕਾਰਨ ਇਹ ਹੈ ਕਿ ਭੁੱਖੇ ਹੋਣ ਦੇ ਕਾਰਨ ਉਹਦੇ ਪੇਟ ਅੰਦਰੋਂ ਜੋ ਭੁੱਖ ਦੀਆਂ ਪੀੜਾਂ ਹੰਗਰ ਪੇਨਸ ਨਿਕਲਦੀਆਂ, ਉਹਨਾਂ ਦੇ ਕਾਰਨ ਉਹ ਆਪਣੇ ਆਪ ਨੂੰ ਔਖਾ ਜਿਹਾ, ਬੇਆਰਾਮ ਅਤੇ ਬੇਚੈਨ ਅਨੁਭਵ ਕਰਦਾ, ਅਤੇ ਇਸ ਕਾਰਨ ਉਹਦੇ ਸੁਭਾਅ 'ਚ ਆਰਜ਼ੀ ਤੌਰ 'ਤੇ ਫਰਕ ਪੈ ਜਾਂਦਾ। ਇਸ ਸਿਲਸਿਲੇ 'ਚ ਧੰਨਾ ਭਗਤ ਜੀ ਲਿਖਦੇ ਹਨ, ਭੁੱਖੇ ਭਗਤ ਨ ਕੀਜੈ ਇਹ ਮਾਲਾ ਆਪਣੀ ਲੀਜੈ। ਭਗਤ ਧੰਨਾ ਜੀ ਦੇ ਇਸ ਸ਼ਬਦ ਤੋਂ ਵੀ ਅਸੀਂ ਇਸ ਨਤੀਜੇ 'ਤੇ ਪਹੁੰਚਦੇ ਹਾਂ ਕਿ ਸਰੀਰ ਦਾ ਮਨ ਉੱਤੇ ਪ੍ਰਭਾਵ ਪੈਂਦਾ ਹੈ, ਕਿਉਂਕਿ ਉਹਨਾਂ ਦੇ ਇਸ ਸ਼ਬਦ ਅਨੁਸਾਰ ਜੇ ਪੇਟ ਖਾਲੀ ਹੋਵੇ ਤਾਂ ਮਨੁੱਖ ਦੀ ਭਗਤੀ ਵੱਲ ਵੀ ਬਿਰਤੀ ਨਹੀਂ ਲੱਗਦੀ। ਚੀਨ ਦੀ ਇੱਕ ਕਹਾਵਤ ਹੈ, ਤੁਸੀਂ ਆਦਮੀ ਦੇ ਦਿਲ ਨੂੰ ਉਹਦੇ ਪੇਟ ਰਾਹੀਂ ਪਹੁੰਚ ਸਕਦੇ ਹੋ, ਭਾਵ ਸਾਡਾ ਪੇਟ ਵੀ ਸਾਡੇ ਮਨ ਉੱਤੇ ਅਸਰ ਪਾ ਸਕਦਾ ਹੈ। ਸਾਡੇ ਪ੍ਰਾਣ ਅੰਗ ਵੀ ਸਾਡੇ ਮਨ ਉੱਤੇ ਅਸਰ ਕਰਦੇ ਆ। ਜਦੋਂ ਸਾਡੇ ਸਰੀਰ ਦੇ ਪ੍ਰਾਣ ਅੰਗਾਂ ਦੀ ਕਿਰਿਆ ਵਿੱਚ ਅਦਲਾ ਬਦਲੀ ਆ ਜਾਂਦੀ ਹੈ ਜਾਂ ਫਰਕ ਪੈ ਜਾਂਦਾ ਹੈ ਤਾਂ ਇਹਦਾ ਸਾਡੇ ਮਨ ਉੱਤੇ ਕਾਫੀ ਅਸਰ ਪੈਂਦਾ। ਉਦਾਹਰਣ, ਮਿਸਾਲ ਦੇ ਤੌਰ 'ਤੇ ਜਦੋਂ ਅਸੀਂ ਕਿਸੇ ਚਿੰਤਾ ਰੋਗ ਅਤੇ ਭਰਮੀ ਦਾ ਕਿਸੇ ਡਰ ਜਾਂ ਫਿਕਰ ਦੇ ਕਾਰਨ ਦਿਲ ਧੜਕਦਾ ਹੈ ਜਾਂ ਛਾਤੀ ਦੇ ਖੱਬੇ ਪਾਸੇ ਕੋਈ ਚਰਨਾਹਟ ਸੈਂਸੇਸ਼ਨ ਜਾਂ ਦਰਦ ਉੱਠਦਾ ਹੈ ਤਾਂ ਉਹਨੂੰ ਇਹ ਖਿਆਲ ਆਉਂਦਾ ਕਿ ਸ਼ਾਇਦ ਦਿਲ 'ਚ ਕੋਈ ਨੁਕਸ ਨਾ ਪੈ ਗਿਆ ਹੋਵੇ, ਕਿਤੇ ਹਾਰਟ ਫੇਲ ਨਾ ਹੋ ਜਾਏ, ਅਤੇ ਜਦੋਂ ਉਹਨੂੰ ਢਿੱਡ ਪੀੜ ਦੇ ਦੌਰੇ ਪੈਂਦੇ ਆ ਤਾਂ ਉਹ ਸੋਚਦਾ ਕਿਤੇ ਪੇਟ 'ਚ ਜ਼ਖਮ ਮਤਲਬ ਸਟਮਕ ਅਲਸਰ ਨਾ ਹੋ ਗਏ ਹੋਣ। ਜਦੋਂ ਉਹਦਾ ਸਾਹ ਰੁਕਦਾ ਉਹ ਖਿਆਲ ਕਰਦਾ ਕਿ ਦਮਾ ਤਾਂ ਨਹੀਂ ਹੋ ਗਿਆ, ਅਤੇ ਜਦੋਂ ਆਪਣੇ ਸੰਘ 'ਚ ਗੋਲਾ ਜਿਹਾ ਅਨੁਭਵ ਕਰਦਾ ਉਹਦੇ ਮਨ 'ਚ ਆਉਂਦਾ ਕਿ ਗਲੇ 'ਚ ਕੈਂਸਰ ਨਾ ਹੋ ਗਿਆ ਹੋਵੇ। ਉਹਦੇ ਇਹਨਾਂ ਡਰਾਉਣੇ ਵਿਚਾਰਾਂ ਦਾ ਕਾਰਨ ਕੀ ਹੈ? ਕੇਵਲ ਉਹਦੇ ਪ੍ਰਾਣ ਅੰਗਾਂ ਦੀ ਕਿਰਿਆ 'ਚ ਫਰਕ ਪੈ ਜਾਣਾ। ਇਹਨਾਂ ਰੋਗੀ ਦੇ ਡਰਾਉਣੇ ਵਿਚਾਰਾਂ ਦੇ ਕਾਰਨ ਉਹ ਬਹੁਤ ਘਬਰਾ ਜਾਂਦਾ, ਉਦਾਸ ਅਤੇ ਉਚਾਟ ਹੋ ਜਾਂਦਾ। ਜਦੋਂ ਕੁਝ ਸਮਾਂ ਅਜਿਹੇ ਵਿਚਾਰ ਆਉਂਦੇ ਰਹਿੰਦੇ ਆ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ। ਇਸ ਤਰ੍ਹਾਂ ਚਿੰਤਕ ਅਤੇ ਭਰਮੀ ਦੀ ਉਦਾਸੀ ਦਾ ਕਾਰਨ ਵੀ ਉਹਦੇ ਪ੍ਰਾਣ ਅੰਗ ਦੀ ਕਿਰਿਆ ਫੰਕਸ਼ਨ 'ਚ ਫਰਕ ਪੈ ਜਾਣਾ ਹੁੰਦਾ। ਇਹੋ ਹੀ ਉਦਾਹਰਣ ਇੱਕ ਸਧਾਰਨ ਆਦਮੀ 'ਤੇ ਵੀ ਲਾਗੂ ਹੋ ਸਕਦੀ ਹੈ। ਇੰਗਲੈਂਡ ਦੇ ਮਸ਼ਹੂਰ ਫਿਜ਼ੀਸ਼ੀਅਨ ਅਤੇ ਮਨੋਵਿਗਿਆਨੀ ਡਾਕਟਰ ਡੇਵਿਡ ਹੈਰਲਡ ਫਿੰਕ ਵੀ ਇਹੀ ਕਹਿੰਦੇ ਰਹਿੰਦੇ ਆ ਕਿ ਚਿੰਤਕ ਅਤੇ ਭਰਮੀ ਨਿਊਰੋਟਿਕ ਦੀ ਉਦਾਸੀ ਦਾ ਕਾਰਨ ਉਹਦੇ ਸਰੀਰ ਅਤੇ ਪ੍ਰਾਣ ਅੰਗਾਂ ਦਾ ਸਹੀ ਤੌਰ 'ਤੇ ਕੰਮ ਨਾ ਕਰਨਾ। ਉਹਦੀ ਉਦਾਸੀ ਅਤੇ ਉਹਦੇ ਕਈ ਕਿਸਮ ਦੇ ਡਰ ਇਹ ਸਭ ਉਹਦੇ ਪ੍ਰਾਣ ਅੰਗਾਂ ਦੀ ਵਿਗੜੀ ਹੋਈ ਕਿਰਿਆ ਦਾ ਨਤੀਜਾ ਹਨ, ਕਿਉਂਕਿ ਇਹਨਾਂ ਦਾ ਉਹਦੇ ਮਨ ਉੱਤੇ ਬੜਾ ਭੈੜਾ ਅਸਰ ਪੈਂਦਾ ਹੈ। ਹੁਣ ਤੁਸੀਂ ਇਹ ਵੇਖੋਗੇ ਕਿ ਨਿਰੋਲ ਸਰੀਰ ਦਾ ਮਨ ਉੱਤੇ ਸਿੱਧਾ ਕੀ ਅਸਰ ਹੋ ਸਕਦਾ।
ਮਿਸਾਲ ਦੇ ਤੌਰ 'ਤੇ ਤੁਹਾਡੇ ਪੈਰ 'ਤੇ ਛਾਲਾ ਪੈ ਜਾਂਦਾ ਜਾਂ ਕੋਈ ਫੋੜਾ ਨਿਕਲ ਆਉਂਦਾ। ਛਾਲੇ ਦੀ ਦਰਦ ਦੇ ਕਾਰਨ ਤੁਸੀਂ ਆਪਣੇ ਆਪ ਨੂੰ ਬੜੇ ਔਖੇ ਜਿਹੇ ਅਤੇ ਦੁੱਖ 'ਚ ਅਨੁਭਵ ਕਰਦੇ ਹੋ। ਇਹ ਸਰੀਰ ਦਾ ਮਨ 'ਤੇ ਅਸਰ ਹੈ। ਤੁਹਾਡੇ ਕਿਸੇ ਦੰਦ ਜਾਂ ਦਾੜ 'ਚ ਦਰਦ ਹੈ ਤਾਂ ਤੁਹਾਨੂੰ ਕੁਝ ਵੀ ਚੰਗਾ ਨਹੀਂ ਲੱਗਦਾ। ਚੰਗੇ ਚੰਗੇ ਭੋਜਨ, ਫਲ ਅਤੇ ਮਿਠਿਆਈਆਂ ਵੀ ਜੇ ਤੁਹਾਡੇ ਅੱਗੇ ਰੱਖ ਦਿੱਤੀਆਂ ਜਾਣ ਤਾਂ ਉਹਨਾਂ ਨੂੰ ਵੀ ਖਾਣ ਨੂੰ ਤੁਹਾਡੀ ਰੂਹ ਨਹੀਂ ਕਰਦੀ। ਤੁਹਾਡਾ ਸਾਰਾ ਸਰੀਰ ਦਾੜ ਦਰਦ ਦੇ ਕਾਰਨ ਟੈਨਸ਼ਨ 'ਚ ਆ ਜਾਂਦਾ ਹੈ। ਇਹ ਵੀ ਤਨ ਦਾ ਮਨ 'ਤੇ ਅਸਰ ਹੈ। ਤੁਹਾਨੂੰ ਛਪਾਕੀ, ਐਗਜ਼ੀਮਾ, ਬੁਖਾਰ ਜਾਂ ਫਲਿਊ ਹੋ ਜਾਂਦਾ ਹੈ। ਬੁਖਾਰ ਅਤੇ ਫਲਿਊ ਕੋਈ ਮਾਨਸਿਕ ਰੋਗ ਨਹੀਂ ਹੈ, ਪਰ ਇਹਨਾਂ ਦਾ ਮਨ 'ਤੇ ਅਸਰ ਪੈਂਦਾ ਹੈ। ਇਹਨਾਂ ਕਾਰਨ ਸੁਭਾਅ ਕੁਝ ਚਿੜਚਿੜਾ ਅਤੇ ਮਨ ਉਦਾਸ ਹੋ ਜਾਂਦਾ ਹੈ। ਇਹ ਵੀ ਤਨ ਦਾ ਮਨ ਉੱਤੇ ਅਸਰ ਹੈ। ਜੋ ਕੁਝ ਅਸੀਂ ਉੱਪਰ ਲਿਖਿਆ ਉਹ ਤੋਂ ਇਹ ਚੀਜ਼ ਜ਼ਾਹਿਰ ਹੁੰਦੀ ਹੈ ਕਿ ਜਦੋਂ ਮਨੁੱਖ ਦੇ ਤਨ 'ਚ ਕੋਈ ਨੁਕਸ ਪੈ ਜਾਂਦਾ ਹੈ ਜਾਂ ਜਦੋਂ ਉਹਦੇ ਅੰਗਾਂ ਦੀ ਕਿਰਿਆ 'ਚ ਕੋਈ ਵਿਗਾੜ ਆ ਜਾਂਦਾ ਹੈ ਤਾਂ ਇਸ ਦਾ ਉਹਦੇ ਮਨ ਉੱਤੇ ਵੀ ਅਸਰ ਪੈਂਦਾ ਹੈ। ਜਦੋਂ ਮਨੁੱਖ ਦਾ ਸਰੀਰ ਰੋਗੀ ਹੋਵੇ ਤਾਂ ਉਹਦਾ ਸੁਭਾਅ ਚਿੜਚਿੜਾ ਹੋ ਜਾਂਦਾ ਹੈ। ਉਹਦੀ ਆਪਣੇ ਦੋਸਤਾਂ ਅਤੇ ਆਪਣੇ ਕੰਮ 'ਚ ਦਿਲਚਸਪੀ ਘੱਟ ਜਾਂਦੀ ਹੈ। ਉਹਨੂੰ ਕੋਈ ਚੀਜ਼ ਚੰਗੀ ਨਹੀਂ ਲੱਗਦੀ, ਉਹ ਪਰੇਸ਼ਾਨ ਰਹਿੰਦਾ ਹੈ। ਭਾਵ ਉਹਦਾ ਮਨ ਰੋਗੀ ਹੋ ਜਾਂਦਾ ਹੈ ਅਤੇ ਇਹਦੇ ਉਲਟ ਜਦੋਂ ਮਨੁੱਖ ਦਾ ਸਰੀਰ ਤੰਦਰੁਸਤ ਅਤੇ ਅਰੋਗ ਹੋਵੇ ਤਾਂ ਉਹਦਾ ਮਨ ਵੀ ਅਰੋਗ ਰਹਿੰਦਾ ਹੈ। ਸਿੱਟਾ, ਜੋ ਕੁਝ ਅਸੀਂ ਉੱਪਰ ਲਿਖਿਆ ਹੈ ਉਸ ਤੋਂ ਅਸੀਂ ਇਸ ਸਿੱਟੇ 'ਤੇ ਪਹੁੰਚਦੇ ਹਾਂ ਕਿ ਮਨੁੱਖ ਦੀ ਸਰੀਰਕ ਅਵਸਥਾ ਦਾ ਉਹਦੇ ਮਨ 'ਤੇ ਕਾਫੀ ਅਸਰ ਪੈਂਦਾ ਹੈ। ਦੂਜੇ ਸ਼ਬਦਾਂ 'ਚ ਮਨੁੱਖ ਦੀ ਮਾਨਸਿਕ ਅਵਸਥਾ, ਮੈਂਟਲ ਸਟੇਟ, ਕੁਝ ਹੱਦ ਤੱਕ ਉਹਦੀ ਸਰੀਰਕ ਅਵਸਥਾ ਮਤਲਬ ਬਾਡੀਲੀ ਸਟੇਟ ਉੱਤੇ ਵੀ ਨਿਰਭਰ ਹੁੰਦੀ ਹੈ। ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਜੇਮਸ ਲੈਂਗ ਥਿਊਰੀ, ਦੁਨੀਆ ਦੇ ਮਸ਼ਹੂਰ ਅਮਰੀਕੀ ਮਨੋਵਿਗਿਆਨੀ ਡਾਕਟਰ ਵਿਲੀਅਮ ਜੇਮਸ ਦੀ ਥਿਊਰੀ, ਜਿਹਦਾ ਨਾਮ ਕਿ ਜੇਮਸ ਲੈਂਗ ਥਿਊਰੀ ਹੈ, ਉਹਦੇ ਅਨੁਸਾਰ ਤਨ ਮਨੁੱਖ ਦੇ ਮਨ 'ਤੇ ਕਾਫੀ ਅਸਰ ਪਾਉਂਦਾ ਹੈ। ਭਾਵੇਂ ਅਜੇ ਤੱਕ ਹੈ ਇੱਕ ਥਿਊਰੀ, ਪਰ ਇਹਦੇ ਰਾਹੀਂ ਇਹ ਚੀਜ਼ ਚੰਗੀ ਤਰ੍ਹਾਂ ਸਪਸ਼ਟ ਹੋ ਜਾਂਦੀ ਹੈ ਕਿ ਮਨੁੱਖ ਦਾ ਤਨ ਉਹਦੇ ਮਨ ਉੱਤੇ ਕਿਵੇਂ ਅਸਰ ਪਾਉਂਦਾ ਹੈ। ਅਤੇ ਜੇਮਸ ਲੈਂਗ ਥਿਊਰੀ ਇਹ ਹੈ, ਫਰਜ਼ ਕਰੋ ਅਸੀਂ ਕੋਈ ਚੀਜ਼ ਅਜਿਹੀ ਵੇਖੀ ਜਾਂ ਸੁਣੀ ਹੈ ਜਿਹਨੂੰ ਕਿ ਅਸੀਂ ਪਸੰਦ ਨਹੀਂ ਕਰਦੇ ਜਾਂ ਜਿਹਨੂੰ ਵੇਖਣ ਅਤੇ ਸੁਣਨ ਨਾਲ ਸਾਡੇ ਅੰਦਰ ਡਰ ਪੈਦਾ ਹੋ ਗਿਆ। ਇਸ ਖਤਰੇ ਦੀ ਸਥਿਤੀ ਦਾ ਜੋ ਭੈੜਾ ਅਸਰ ਸਾਡੀਆਂ ਅੱਖਾਂ 'ਤੇ ਪੈਂਦਾ ਹੈ ਅਤੇ ਜੋ ਘਬਰਾਹਟ ਸਾਡੇ ਅੰਦਰ ਪੈਦਾ ਹੋ ਜਾਂਦੀ ਹੈ ਉਹਦੀ ਇਤਲਾਹ ਸਾਡੇ ਦਿਮਾਗ ਨੂੰ ਪਹੁੰਚਦੀ ਹੈ। ਫਿਰ ਸਾਡੇ ਦਿਮਾਗ ਵੱਲੋਂ ਸਾਡੇ ਪ੍ਰਾਣ ਅੰਗਾਂ ਅਤੇ ਪੱਲਿਆਂ ਨੂੰ ਜਦੋਂ ਇਹ ਸੁਨੇਹਾ ਪਹੁੰਚਦਾ ਹੈ, ਮੈਂ ਕੋਈ ਖਤਰਾ ਮਹਿਸੂਸ ਕਰਦਾ, ਤਾਂ ਇਹ ਖਬਰ ਮਿਲਦਿਆਂ ਹੀ ਸਾਡੇ ਪ੍ਰਾਣ ਅੰਗ ਬੜੀ ਤੇਜ਼ੀ ਨਾਲ ਚੱਲਣੇ ਸ਼ੁਰੂ ਹੋ ਜਾਂਦੇ ਹੈ ਅਤੇ ਨਾਲ ਹੀ ਸਰੀਰ ਦੇ ਪੱਠਿਆਂ ਮਤਲਬ ਮਸਲਸ ਵਿੱਚ ਖਿਚਾਓ ਆ ਜਾਂਦਾ ਹੈ। ਇਹਨਾਂ ਤੇਜ਼ ਚੱਲ ਰਹੇ ਪ੍ਰਾਣ ਅੰਗਾਂ ਦੇ ਖਿਚਾਓ ਚਾਹੇ ਸਰੀਰ ਤੋਂ ਪੱਠਿਆਂ ਤੋਂ ਮੁੜ ਸਾਡੇ ਦਿਮਾਗ ਨੂੰ ਹੋ ਰਹੀ ਇਤਲਾਹ ਪਹੁੰਚਦੀ ਹੈ, ਸਾਡੀ ਤਬੀਅਤ ਵੀ ਠੀਕ ਨਹੀਂ, ਅਸੀਂ ਬੜੇ ਔਖੇ ਹਾਂ। ਅਤੇ ਜਦੋਂ ਦਿਮਾਗ ਨੂੰ ਇਹ ਇਤਲਾਹ ਮਿਲਦੀ ਹੈ ਉਹ ਵਧੇਰੇ ਉਥਲ ਪੁਥਲ ਹੋ ਜਾਂਦਾ, ਘਬਰਾ ਜਾਂਦਾ, ਅਪਸੈਟ ਹੋ ਜਾਂਦਾ। ਇਸ ਤਰ੍ਹਾਂ ਮਨੁੱਖ ਹੋਰ ਵਧੇਰੇ ਘਬਰਾਹਟ, ਨਰਵਸਨੈਸ ਜਾਂ ਉਦਾਸੀ ਦਾ ਸ਼ਿਕਾਰ ਹੋ ਜਾਂਦਾ। ਇਹ ਘਬਰਾਹਟ ਕਈ ਤਰ੍ਹਾਂ ਦੇ ਡਰ ਵੀ ਪੈਦਾ ਕਰ ਦਿੰਦੀ ਹੈ। ਇਸ ਤਰ੍ਹਾਂ ਦਿਮਾਗ ਤੋਂ ਮੁੜ ਸਾਡੇ ਪ੍ਰਾਣ ਅੰਗਾਂ ਅਤੇ ਸਰੀਰ ਦੇ ਪੱਠਿਆਂ ਨੂੰ ਇਤਲਾਹ ਪਹੁੰਚਦੀ ਹੈ, ਮੈਂ ਹੋਰ ਵਧੇਰੇ ਖਤਰਾ ਅਨੁਭਵ ਕਰ ਰਿਹਾ ਹਾਂ। ਇਹਦੇ ਨਤੀਜੇ ਦੇ ਤੌਰ 'ਤੇ ਸਾਡੇ ਪ੍ਰਾਣ ਅੰਗ ਹੋਰ ਵੀ ਵਧੇਰੇ ਤੇਜ਼ੀ ਨਾਲ ਚੱਲਣ ਲੱਗ ਜਾਂਦੇ ਹਨ ਅਤੇ ਸਰੀਰਕ ਖਿਚਾਓ ਵੀ ਹੋਰ ਵੱਧ ਜਾਂਦਾ। ਇਸ ਤਰ੍ਹਾਂ ਗਧੀ ਗੇੜ ਉਦੋਂ ਤੱਕ ਚੱਲਦਾ ਰਹਿੰਦਾ ਜਦੋਂ ਤੱਕ ਉਹ ਖਤਰਾ ਟਲ ਨਹੀਂ ਜਾਂਦਾ। ਤਨ ਮਨ ਉੱਤੇ ਅਸਰ ਪਾਉਂਦਾ ਹੈ। ਇਹਦੀ ਇੱਕ ਹੋਰ ਉਦਾਹਰਨ, ਫਰਜ਼ ਕਰੋ ਇੱਕ ਆਦਮੀ ਬੜੇ ਗੁੱਸੇ 'ਚ ਹੈ, ਕੋਈ ਗੱਲ ਸੁਣ ਕੇ ਜਾਂ ਚੀਜ਼ ਵੇਖ, ਉਸ ਅੰਦਰੋਂ ਗੁੱਸੇ ਦੀਆਂ ਤਰੰਗਾਂ ਐਂਗਰ ਇਮੋਸ਼ਨਸ ਬੜੀ ਤੇਜ਼ੀ ਨਾਲ ਨਿਕਲ ਰਹੀਆਂ। ਗੁੱਸੇ ਦੀਆਂ ਭੈੜੀਆਂ ਤਰੰਗਾਂ ਦੇ ਕਾਰਨ ਉਹਦੇ ਸਾਰੇ ਅੰਗ, ਖਾਸ ਕਰਕੇ ਪ੍ਰਾਣ ਅੰਗ
ਉਥਲ ਪੁਥਲ ਹੋ ਕੇ ਬੜੀ ਤੇਜ਼ੀ ਨਾਲ ਚੱਲਣੇ ਸ਼ੁਰੂ ਹੋ ਜਾਂਦੇ ਆ। ਅਤੇ ਜਦੋਂ ਤੇਜ਼ੀ ਨਾਲ ਚੱਲ ਰਹੇ ਅੰਗਾਂ 'ਤੇ ਖਿਚਾਓ 'ਚ ਆਏ ਸਰੀਰ ਦੇ ਮਸਲਸ ਉਹ ਦਿਮਾਗ ਨੂੰ ਇਤਲਾਹ ਮਿਲਦੀ ਹੈ, ਅਸੀਂ ਮੁਸੀਬਤ ਵਿੱਚ ਹਾਂ, ਸਾਡੀ ਤਬੀਅਤ ਠੀਕ ਨਹੀਂ, ਤਾਂ ਮਨੁੱਖ ਦਾ ਦਿਮਾਗ ਵੀ ਉਥਲ ਪੁਥਲ ਹੋ ਜਾਂਦਾ। ਇਹਦੇ ਕਾਰਨ ਆਦਮੀ ਨਰਵਸਨੈਸ ਦਾ ਸ਼ਿਕਾਰ ਹੋ ਜਾਂਦਾ, ਉਹਦੀ ਠੀਕ ਸੋਚਣ ਦੀ ਸ਼ਕਤੀ ਵੀ ਖਤਮ ਹੋ ਜਾਂਦੀ ਹੈ ਅਤੇ ਉਹ ਆਪੇ ਤੋਂ ਬਾਹਰ ਹੋ ਜਾਂਦਾ। ਇਹਦਾ ਨਤੀਜਾ ਕੀ ਨਿਕਲਦਾ? ਫਿਰ ਉਸ ਆਦਮੀ ਦੀ ਜ਼ਬਾਨ 'ਤੇ ਜੋ ਕੁਝ ਵੀ ਆਉਂਦਾ ਉਹ ਬੋਲੀ ਤੁਰੀ ਜਾਂਦਾ, ਜੋ ਗੱਲ ਕਹਿਣ ਵਾਲੀ ਨਹੀਂ ਹੁੰਦੀ ਉਹ ਵੀ ਕਹਿ ਦਿੰਦਾ। ਛੋਟੇ ਵੱਡੇ ਦੀ ਉਹਨੂੰ ਕੋਈ ਤਮੀਜ਼ ਨਹੀਂ ਰਹਿੰਦੀ, ਪਰ ਜਦੋਂ ਉਹਦਾ ਗੁੱਸਾ ਉਤਰ ਜਾਂਦਾ ਭੈੜੀਆਂ ਤਰੰਗਾਂ ਖਤਮ ਹੋ ਜਾਂਦੀਆਂ, ਸਰੀਰਕ ਖਿਚਾਓ ਦੂਰ ਹੋ ਜਾਂਦਾ, ਪ੍ਰਾਣ ਅੰਗ ਬਹੁਤ ਤੇਜ਼ ਚੱਲਣੋਂ ਬੰਦ ਹੋ ਜਾਂਦੇ ਆ ਅਤੇ ਆਪਣੀ ਅਸਲੀ ਹਾਲਤ 'ਚ ਆ ਜਾਂਦੇ ਆ, ਉਸ ਅੰਦਰ ਠੀਕ ਤਰ੍ਹਾਂ ਸੋਚਣ ਦੀ ਸ਼ਕਤੀ ਮੁੜ ਆ ਜਾਂਦੀ ਹੈ। ਫਿਰ ਉਹ ਮਹਿਸੂਸ ਕਰਦਾ ਕਿ ਜੋ ਕੁਝ ਉਹਨੇ ਕੀਤਾ ਗਲਤ ਕੀਤਾ। ਇਸ ਸਧਾਰਨ ਜਿਹੇ ਉਦਾਹਰਨ ਤੋਂ ਇਹ ਪੂਰੀ ਤਰ੍ਹਾਂ ਸਿੱਧ ਹੋ ਜਾਂਦਾ, ਗੁੱਸੇ 'ਚ ਤਨ ਦਾ ਮਨ 'ਤੇ ਕੰਟਰੋਲ ਹੁੰਦਾ ਅਤੇ ਇਸ ਤਰ੍ਹਾਂ ਗੁੱਸੇ 'ਤੇ ਕ੍ਰੋਧ ਵਿੱਚ ਮਨ ਬੇਬਸੀ ਦੀ ਹਾਲਤ ਵਿੱਚ ਰਹਿ ਜਾਂਦਾ। ਇਸੇ ਲਈ ਕਿਸੇ ਸਿਆਣੇ ਨੇ ਕਿਹਾ, ਗੁੱਸੇ 'ਤੇ ਪਹਿਲੇ ਉਬਾਲ ਨੂੰ ਰੋਕੋ, ਫਿਰ ਤੁਸੀਂ ਬਹੁਤ ਸਾਰੀਆਂ ਔਕੜਾਂ ਤੋਂ ਬਚੇ ਰਹੋਗੇ। ਤਨ ਅਤੇ ਮਨ ਉੱਤੇ ਅਸਰ ਬਾਰੇ ਡਾਕਟਰ ਡੇਵਿਡ ਹੈਰਲਡ ਫਿੰਕ ਕਹਿੰਦੇ ਹੈ, ਜਦੋਂ ਤੁਹਾਡਾ ਸਰੀਰ ਡਰ, ਗਮ, ਕ੍ਰੋਧ ਆਦਿ ਦੇ ਕਾਰਨ ਭੈੜੀਆਂ ਤਰੰਗਾਂ, ਬੈਡ ਇਮੋਸ਼ਨਸ ਦੇ ਅਸਰ ਹੇਠ ਹੁੰਦਾ ਹੈ, ਤਾਂ ਉਸ ਵਕਤ ਤਨ ਮਨ ਨੂੰ ਕੰਟਰੋਲ ਕਰਦਾ। ਵੈਨ ਇਮੋਸ਼ਨਸ ਰੂਲ, ਬੋਡੀ ਕੰਟਰੋਲਸ ਦਾ ਮਾਇੰਡ। ਧੰਨਵਾਦ।